ਮੁਤਾਬਕ ਜੋ ਸਾਡੇ ਚੈਨਲ ਨੂੰ ਇਹਨਾਂ ਨੇ ਦੱਸਿਆ ਹੋਣੇ ਕਿ ਇਹਨਾਂ ਨੂੰ ਉਹ 2.5 ਸਾਲ ਦੀ ਜਿਹੜੀ ਸੈਲਰੀ ਨਹੀਂ ਦਿੱਤੀ ਗਈ, ਇਹਨਾਂ ਨੇ ਆਪਣੀ ਬਕਾਇਦਾ ਕੋਰਟ ਦੇ ਵਿੱਚ ਲਾਅ ਦੇ ਸਿਸਟਮ ਫਾਈਟ ਕਰਕੇ ਇਹਨਾਂ ਨੂੰ ਪੈਸੇ ਲੈਣੇ ਪਏ। ਇਹਨਾਂ ਨਾਲ ਜਿਹੜਾ ਚੰਡੀਗੜ੍ਹ ਮਹਿਕਮਾ ਇਲੈਕਟ੍ਰੀਸਿਟੀ 'ਤੇ ਧੱਕਾ ਕਰ ਰਿਹਾ। ਹੁਣ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਦੀ ਪ੍ਰਮੋਸ਼ਨ ਡਿਊ ਹੈਗੀ ਹੈ ਜੋ ਕਿ ਡਿਸੇਬਲਡ ਜੋ ਕੋਟਾ ਹੁੰਦਾ ਉਹਦੇ ਤਹਿਤ, ਪਰ ਇਹਨਾਂ ਨੂੰ ਉਹ ਜਿਹੜੀ ਪ੍ਰਮੋਸ਼ਨ ਨਹੀਂ ਦਿੱਤੀ ਜਾ ਰਹੀ ਕਾਫੀ ਅਰਸੇ ਤੋਂ। ਇਹਨਾਂ ਨੂੰ ਕਾਫੀ ਹਰਾਸ ਕੀਤਾ ਜਾ ਰਿਹਾ ਬੀਂਗ ਏ ਡਿਸਏਬਲਡ ਹੋਣ ਦੇ ਬਾਵਜੂਦ ਵੀ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਰਮਾ ਜੀ ਨਾਲ, ਰਜੇਸ਼ ਵਰਮਾ ਜੀ ਨਾਲ, ਵੀ ਇਹੀ ਦੱਸਣਗੇ ਆਪਣੀ ਜ਼ੁਬਾਨੀ ਵੀ ਇਹਨਾਂ ਨਾਲ ਚੰਡੀਗੜ੍ਹ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਲੈਕਟ੍ਰੀਸਿਟੀ ਹੈ ਉਹ ਕਿਸ ਤਰੀਕੇ ਨਾਲ ਇਹਨਾਂ ਨਾਲ ਧੱਕਾ ਕਰ ਰਿਹਾ ਹੈ। ਹੈਲੋ, ਮੈਂ ਰਜੇਸ਼ ਕੁਮਾਰ ਵਰਮਾ, ਵਰਕਿੰਗ ਇਨ ਚੰਡੀਗੜ੍ਹ ਇਲੈਕਟ੍ਰੀਸਿਟੀ ਡਿਪਾਰਟਮੈਂਟ ਅੰਡਰ ਦਾ ਇੰਜੀਨੀਅਰਿੰਗ ਡਿਪਾਰਟਮੈਂਟ ਆਫ UT ਚੰਡੀਗੜ੍ਹ। ਮੈਟ ਵਿਦ ਐਕਸੀਡੈਂਟ ਇਨ 30 ਮਾਰਚ 2008 ਦੇ ਵਿੱਚ ਅਸੀਂ 5 ਕੁਲੀਗ ਸੀਗੇ, ਡਿਪਾਰਟਮੈਂਟ ਦੇ ਸੀਗੇ, ਤੇ ਸਾਡਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੇਰੇ ਮਲਟੀਪਲ ਫ੍ਰੈਕਚਰ ਬੋਥ ਲੈਗ ਤੇ ਉਹ ਵਿੱਚ ਹੋ ਗਿਆ ਸੀਗਾ ਤੇ ਐਸੀ ਸੀਗੇ ਉਸ ਟਾਈਮ ਮਨਿੰਦਰਪਾਲ ਸਿੰਘ ਜੀ, 2008 ਐਕਸੀਡੈਂਟ ਦੇ ਉਸ ਟਾਈਮ ਤੇ MP ਸਿੰਘ SC ਬਣੇ ਸੀਗੇ ਤੇ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੁਸੀਂ ਨਾ ਜਦ ਮੈਂ ਹੈਂਡੀਕੈਪ ਹੋ ਗਿਆ ਤੇ ਮੇਰੀ ਪਹਿਲਾਂ ਇਹਨਾਂ ਨੇ ਸੈਲਰੀ ਮੈਂ ਬੈਡ ਤੇ ਮੇਰੀ 22 ਟਾਈਮ ਸਰਜਰੀ ਹੋ ਚੁੱਕੀ ਹੈ ਤੇ ਮੈਂ ਜਿੰਨੇ ਦਿੱਲੀ ਤੋਂ ਮੇਰੀ ਸਰਜਰੀ ਹੋਈ ਤੇ ਜਿੰਨੀ ਮੈਂ ਆਪਰੇਸ਼ਨ ਕਰਾਏ ਸਾਰੇ ਐਜ਼ ਏ ਐਡਵਾਂਸ 75% ਲੈ ਕੇ ਕਰਵਾਏ। ਇਹਨਾਂ ਨੇ ਮੇਰੀ 2.5 ਸਾਲ ਦੀ ਸੈਲਰੀ ਵੀ ਰੋਕ ਲਈ। ਹੁਣ ਮੈਂ ਬੈਡ ਟੋਟਲੀ ਬੈਡ ਤੇ ਸੀਗਾ, ਈਵਨ ਕੇ ਸਾਈਡ ਵੀ ਨਹੀਂ ਕੋਈ ਲੈ ਸਕਦਾ ਸੀਗਾ, ਪਰ ਮੇਰੇ ਨਾਲ ਡਿਪਾਰਟਮੈਂਟ ਨੇ ਕੋਈ ਹਮਦਰਦੀ ਨਹੀਂ ਕੀਤੀ। ਜੇ ਮੈਂ ਆਪਣੇ ਸੈਲਰੀ ਲਿੱਤੀ ਉਹ ਕੈਟ ਦੇ ਥਰੂ ਲਿੱਤੀ, ਜੇ ਮੈਂ ਹੈਂਡੀਕੈਪ ਅਲਾਉਂਸ ਲਿੱਤਾ ਤਾਂ ਉਹ ਲੜ ਕੇ ਲਿੱਤਾ, ਉਹ ਡਾਇਰੈਕਟਰ ਸੋਸ਼ਲ ਨੇ ਮੈਨੂੰ ਹੈਂਡੀਕੈਪ ਅਲਾਉਂਸ ਲਗਵਾਇਆ। ਅਡਵਾਈਜ਼ਰ ਤੇ ਵੀ ਗਵਰਨਰ ਤੱਕ ਸਪੀਡ ਪੋਸਟ ਕਰਾ ਕੇ ਮੇਰੇ ਕੋਲ ਲੈਟਰ ਦੇ ਲੈਟਰ, ਮੈਂ ਕਿਹਾ 3 ਬੈਗ ਮੇਰੇ ਭਰ ਗਏ ਹੈ, ਪਰ ਅੱਜ ਤੱਕ ਮੈਨੂੰ ਰਿਜ਼ਲਟ ਨਹੀਂ ਮਿਲਿਆ। ਮੇਰਾ 15 ਸਾਲ ਐਕਸੀਡੈਂਟ ਦੇ ਦੌਰਾਨ ਫਿਜ਼ੀਕਲੀ ਮਿਲ ਰਿਹਾ, ਉਸ ਤੋਂ ਬਾਅਦ ਮੈਂਟਲੀ ਮੈਨੂੰ ਡਿਪਾਰਟਮੈਂਟ ਨੇ ਇੰਨਾ ਰਾਸ਼ ਕਰਤਿਆ, ਚੀਫ ਇੰਜੀਨੀਅਰ CB ਹੋਜਾ 6 ਵਾਰ ਮੇਰੇ ਨਾਲ ਪ੍ਰੋਮਿਸ ਕਰਕੇ ਵੀ ਤੈਨੂੰ ਪੋਸਟ ਦੇ ਦਿੰਦੇ ਆ, ਸਟੇਟ ਕਮਿਸ਼ਨਰ ਦੇ ਕੋਲ ਐਗਰੀ ਕਰਕੇ 15 ਬੰਦਿਆਂ ਦੇ ਸਾਹਮਣੇ ਇਹਨਾਂ ਨੇ ਜਵਾਬ ਨਹੀਂ ਦਿੱਤਾ, ਮੇਰੀ ਪ੍ਰਮੋਸ਼ਨ ਨਹੀਂ ਕੀਤੀ, ਹਰਾਸ ਕੀਤਾ। 31 ਤਰੀਕ ਨੂੰ ਮੈਨੂੰ ਕਹਿ ਰਹੇ ਵੀ ਏਜੰਡਾ ਬਣਾ ਕੇ ਲਿਆਓ, ਰਜੇਸ਼ ਵਰਮੇ ਦੀ ਪ੍ਰਮੋਸ਼ਨ ਕਰ ਦਿੰਦੇ, ਪੋਸਟ ਖਾਲੀ ਹੋਈ। ਫਿਰ ਵੀ ਇਹਨਾਂ ਨੇ ਐਕਸੈਸ ਜਿਹੜੀ ਪੋਸਟਾਂ 8 ਭਰੀਆਂ ਹੋਈਆਂ, ਮੈਨੂੰ ਨੀ ਪਤਾ ਵੀ 8 ਐਕਸੈਸ ਪੋਸਟਾਂ ਕਿਆ ਬਰਡਨ ਸੀ, ਇਹਨਾਂ ਦੇ ਕਿਆ ਪ੍ਰੈਸ਼ਰ ਸੀ, ਇਹਨਾਂ ਨੇ ਕਰਪਸ਼ਨ ਕਰਕੇ ਭਰੀਆਂ ਜਾਂ ਕਿਸ ਤਰ੍ਹਾਂ ਭਰੀਆਂ ਮੈਨੂੰ ਨੀ ਪਤਾ। ਪਰ ਮੈਨੂੰ 6 ਸਾਲ ਹੋ ਗਏ, 7 ਸਾਲ ਆਪਣੇ ਰਾਈਟਾਂ ਤੇ ਲੜਦੇ ਨੂੰ, ਅੱਧੀ ਜ਼ਿੰਦਗੀ ਫਿਜ਼ੀਕਲੀ ਮੇਰੀ ਹੋ ਗਈ ਤੇ ਅੱਧੀ ਜ਼ਿੰਦਗੀ ਮੇਰੇ ਮੈਂਟਲੀ ਹਰਾਸ਼ ਹੋ ਕੇ ਮੇਰੀ ਇਸੀ ਚੱਕਰ ਤੇ ਨਿਕਲ ਗਈ। ਮੈਂ ਲਾਸਟ ਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ, ਚੀਫ ਜਸਟਿਸ ਆਫ ਇੰਡੀਆ,
ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਗਵਰਨਰ ਤੇ ਸਟੇਟ ਕਮਿਸ਼ਨਰ ਕਮ ਹੋਮ ਸੈਕਟਰੀ ਨਿਤਿਨ ਯਾਦਵ ਜੀ ਨੂੰ, ਇਹਨਾਂ ਨੂੰ ਸਾਰਿਆਂ ਨੂੰ ਮੈਂ ਸਪੀਡ ਪੋਸਟ ਕੀਤੀ ਬਈ ਮੇਰੀ ਲਾਸਟ ਹੈ ਬਈ ਮੈਨੂੰ ਤੁਸੀਂ ਮੈਨੂੰ ਮੇਰਾ ਰਾਈਟ ਦਿਲਾਇਆ ਜਾਵੇ ਜੋ ਕਿ ਜਸਟਿਕ ਹੈ। ਇਹਨਾਂ ਕੋਲ ਈਵਨ ਕਿ ਇੱਕ ਹੈਂਡੀਕੈਪ ਦਾ ਰੋਸਟਰ ਮੇਨਟੇਨ ਕਰਦੇ ਆ ਰਜਿਸਟਰ ਐਕਟ ਦੇ ਮੁਤਾਬਿਕ, ਹੈਂਡੀਕੈਪ ਦੀ ਅੱਜ ਤੱਕ ਜੇਈ ਦੀ ਕੋਈ ਵੀ ਪ੍ਰਮੋਸ਼ਨ ਟਿਲ ਟੂਡੇ ਅੱਜ ਤੱਕ ਕੋਈ ਨਹੀਂ ਪ੍ਰਮੋਸ਼ਨ ਜੇਈ ਦੀ ਕੀਤੀ। ਔਰ ਮੈਨੂੰ ਕਹਿੰਦੇ ਆ ਵੀ ਤੇਰੀ ਟੈਕਨੀਕਲ ਪੋਸਟ ਹੈ, ਇਹ ਐਟ ਪ੍ਰੈਜੈਂਟ ਵੀ ਮੈਂ ਟੈਕਨੀਕਲੀ ਪੋਸਟ ਤੇ ਕੰਮ ਕਰ ਰਿਹਾ, ਜੇ ਅੱਗੇ ਕਿਆ ਮੇਰੀ ਐਜ਼ ਪਰ ਸੀਨੀਅਰਟੀ ਜੇ ਮੇਰੀ ਪ੍ਰਮੋਸ਼ਨ ਆਉਂਦੀ ਤਾਂ ਕਿਆ ਮੇਰੀ ਪ੍ਰਮੋਸ਼ਨ ਉਹ ਡਿਨਾਈ ਕਰ ਦਿੰਦੇ। ਮੈਂ ਤਾਂ ਸਿਰਫ ਹੁਣ ਹੈਂਡੀਕੈਪ ਕੋਟਾ ਮੰਗ ਰਿਹਾ ਵੀ ਜੇ ਮੈਂ ਹੈਂਡੀਕੈਪ ਹੋ ਗਿਆ ਤਾਂ ਮੈਂ ਆਪਣਾ ਹੈਂਡੀਕੈਪ ਰਾਈਟ ਕਿਉਂ ਨਾ ਲਵਾਂ। ਪਰ ਮੈਂ ਡੋਰ ਟੂ ਡੋਰ ਧੱਕੇ ਖਾ ਖਾ ਕੇ ਕਦੀ ਕਿਸੇ ਆਫਿਸਰ ਨੂੰ ਮਿਲ, ਕਦੀ ਕਿਸੇ ਆਫਿਸਰ ਨੂੰ ਮੋਲ, ਡੋਰ ਟੂ ਡੋਰ ਜਸਟ ਲਾਈਕ ਫੁੱਟਬਾਲ, ਕਦੀ ਇਧਰੋਂ ਠੁੱਡਾ ਖਾ ਰਿਹਾ, ਕਦੀ ਉਧਰੋਂ ਠੁੱਡਾ ਖਾ ਰਿਹਾ। ਲਾਸਟ ਮੈਨੇ ਹੁਣ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਵੀ ਕੀਤੀ ਹੈ, ਲਾਸਟ ਲੈਟਰ ਲਿਖੀ ਵੀ ਮੈਨੂੰ ਜਸਟਿਸ ਲਿਖੀ ਮੇਰੀ ਲਾਸਟ ਐਂਡ ਫਾਈਨਲ ਸੀ, ਪਰ ਕਿਸੇ ਨੇ ਮੈਨੂੰ ਜਸਟਿਸ ਨਹੀਂ ਮਿਲਿਆ। ਇਹਨਾਂ ਨੇ ਦੋ ਵਾਰ ਸਾਊਥ ਐਸ ਡੀ ਐਮ ਜੁਆਇੰਟ ਡਾਇਰੈਕਟਰ ਨਿਤਿਨ ਸ਼ਰਮਾ ਜੀ ਹੈ, ਨਵੀਨ ਸ਼ਰਮਾ ਜੀ ਨੇ ਬੁਲਾਇਆ, ਇਹਨਾਂ ਨੇ ਕੁਛ ਰਿਕਾਰਡ ਨੀ ਲੈ ਕੇ, ਉਹਨਾਂ ਨੂੰ ਕੁਛ ਹੈ ਨੀ ਪਤਾ, ਉਹ ਕਹਿੰਦੇ ਜੀ ਇਹ ਤਾਂ ਸਾਡੇ ਕੋਲ ਆਲਰੇਡੀ ਪੇਪਰ ਹੈਗੇ, ਤੁਸੀਂ ਤਾਂ ਸਿਰਫ ਇਹ ਦੱਸੋ ਵੀ ਅੱਜ ਤੱਕ ਇਸ ਹੈਂਡੀਕੈਪ ਬੰਦੇ ਨੂੰ ਤੁਸੀਂ ਪ੍ਰਮੋਸ਼ਨ ਕਿਉਂ ਨੀ ਦਿੱਤੀ, ਇਗਨੋਰ ਕਿਉਂ ਕਰਦੇ ਕਿਉਂ ਕਰਦੇ ਨੇ, ਪਰ ਇਹਨਾਂ ਕੋਲ ਕੋਈ ਜਵਾਬ ਨੀ ਆਇਆ। ਤੇ ਮੈਂ ਤਾਂ ਚਾਹੁੰਦਾ ਬਈ ਮੈਨੂੰ ਜਸਟਿਸ, ਹੁਣ ਮੈਨੂੰ ਪ੍ਰਮੋਸ਼ਨ ਨੀ ਚਾਹੀਦੀ, ਮੈਨੂੰ ਤਾਂ ਸਾਡੇ ਐਕਟ ਦੇ ਪ੍ਰੋਵੀਜ਼ਨ ਦੇ ਵਿੱਚ ਅੰਡਰ ਸੈਕਸ਼ਨ 92-93 ਮਿਨੀਮਮ ਇੰਪ੍ਰੀਜ਼ਨਮੈਂਟ ਹੈ 6 ਮੰਥ ਦੀ, ਇਸ ਨੂੰ ਐਕਸਟੈਂਸਿਵਿਟੀ ਕਰਦਾ। ਮੈਂ ਤਾਂ ਕਹਿੰਦਾ ਵੀ ਜਿਹੜੀ ਮੈਂ ਰਾਸ 7 ਸਾਲ ਹੋਇਆ ਨਾ ਬਈ ਇਹਨਾਂ ਤੇ ਸਟ੍ਰਿਕਟਲੀ ਐਕਸ਼ਨ ਲੈ ਕੇ ਬਈ ਇਹਨਾਂ ਲਈ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਨ ਫਿਊਚਰ ਹੈਂਡੀਕੈਪ ਕਿਸੇ ਬੰਦੇ ਨੂੰ ਦੂਜੇ ਨੂੰ ਤਕਲੀਫ ਨਾ ਹੋ ਸਕੇ, ਕੋਈ ਪ੍ਰੋਬਲਮ ਨਾ ਹੋ ਸਕੇ। ਸਟੇਟ ਕਮਿਸ਼ਨਰ ਨੇ ਆਰਡਰ ਕੀਤੇ ਸੀਗੇ, ਚੀਫ ਇੰਜੀਨੀਅਰ ਐਗਰੀ ਕਰ ਗਿਆ, ਉਸਨੇ ਸਟੇਟ ਕਮਿਸ਼ਨਰ ਨੇ ਕਲੀਅਰ ਲਿਖਿਆ ਵੀ ਇਨ ਫਿਊਚਰ ਆਰਡਰਾਂ ਦੇ ਵਿੱਚ ਵੀ ਇਨ ਫਿਊਚਰ ਕੋਈ ਹੈਂਡੀਕੈਪ ਪਰਸਨ ਦੁਆਰਾ ਇਸ ਤਰ੍ਹਾਂ ਹਰਾਸ ਨਾ ਹੋਵੇ। ਫਿਰ ਵੀ ਇਸ ਚੀਫ ਇੰਜੀਨੀਅਰ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਇੱਕ ਤਾਂ ਪ੍ਰਮੋਸ਼ਨ ਦਿੱਤੀ ਜਾਏ, ਹਾਂਜੀ, ਜਿਹੜਾ ਤੁਹਾਡਾ ਕੋਟਾ ਹੈਗਾ ਹੈਂਡੀਕੈਪ ਕੋਟਾ, ਹਾਂਜੀ, ਤੇ ਕਿਉਂਕਿ ਚੱਲਣ ਫਿਰਨ ਦੀ ਤੁਹਾਨੂੰ ਪ੍ਰੋਬਲਮ ਹੈ, ਸਪੋਰਟ ਲੈ ਕੇ ਚੱਲਦੇ ਹੋ, ਬਟ ਅਦਰਵਾਈਜ਼ ਤੁਹਾਨੂੰ ਕੋਈ ਤਰੀਕੇ ਹਰ ਤਰੀਕੇ ਨਾਲ ਫਿੱਟ ਹੋ ਤੁਸੀਂ, ਸਰਵੇ ਵੀ ਲੈਗ ਕਰਕੇ ਤੁਹਾਨੂੰ ਪ੍ਰੋਬਲਮ ਹੋਈ ਹੈ। ਹਾਂਜੀ, ਤੇ ਤੁਹਾਨੂੰ ਕਿੰਨੇ ਪਰਸੈਂਟ ਤੁਸੀਂ ਆਪਣੇ ਮੁਖਾਤਬੀ ਤੋਂ ਦੱਸੋ ਕਿੰਨੇ ਪਰਸੈਂਟ ਦੀ ਸੇਵ? 70% ਤੁਹਾਡਾ ਕਾਰਡ ਵੀ ਬਣਿਆ ਹੋਇਆ, ਹਾਂ, ਯੂਨੀਕ ਕਾਰਡ ਵੀ ਬਣਿਆ ਹੋਇਆ। ਸੋ ਹੁਣ ਤੁਸੀਂ ਆਪਣੇ ਲਫ਼ਜ਼ਾਂ ਨਾਲ ਹੀ ਦੱਸੋ ਕਿ ਤੁਹਾਨੂੰ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਤਾਂ ਮੈਂ ਜੀ ਆਪਣੀ ਪ੍ਰੋਮੋਸ਼ਨ ਵਾਸਤੇ 5-6 ਸਾਲ ਤੋਂ ਧੱਕੇ ਖਾ ਰਿਹਾ ਡੋਰ ਟੂ ਡੋਰ, ਪਰ ਲਾਸਟ ਐਂਡ ਦੇ ਵਿੱਚ ਰਿਜ਼ਲਟ ਕੁਛ ਨਹੀਂ, ਆਊਟਕਮ ਕੁਛ ਨਹੀਂ। ਮੰਗ ਕੀ ਕਰਦੇ ਤੁਸੀਂ? ਮੰਗ ਮੈਂ ਆਪਣੀ ਪ੍ਰਮੋਸ਼ਨ ਹੈਂਡੀਕੈਪ ਕੋਟਾ ਮੰਗਦਾ, ਪਰ ਇਹਨਾਂ ਕੋਲ ਨਾ ਤਾਂ ਕੋਈ ਹੈਂਡੀਕੈਪ ਕੋਟਾ ਮੇਨਟੇਨ ਹੈ, ਨਾ ਕੋਈ ਉਹਦੇ ਚ ਹੈਂਡੀਕੈਪ ਪ੍ਰਮੋਸ਼ਨ ਹੈ। ਮੈਂ ਸਿਰਫ ਇਹ ਕਹ ਰਿਹਾ ਵੀ ਤੁਸੀਂ ਮੰਗ ਕੀ ਕਰਦੇ? ਮੈਂ ਆਪਣੀ ਪ੍ਰਮੋਸ਼ਨ ਦੀ ਮੰਗ ਕਰ ਰਿਹਾ ਵੀ ਮੇਰੀ ਪ੍ਰਮੋਸ਼ਨ ਹੈਂਡੀਕੈਪ ਕੋਟੇ ਦੇ ਵਿੱਚ ਮੈਨੂੰ ਪ੍ਰਮੋਸ਼ਨ ਦਿੱਤੀ ਜਾਵੇ ਜੇਈ, ਤਾਂ ਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ
ਗਰੁੱਪ ਏ ਬੀ ਸੀ ਡੀ ਦੇ ਵਿੱਚ ਸਾਰੇ, ਜਬਕਿ ਗਰੁੱਪ ਸੀ ਐਂਡ ਡੀ ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਬੰਦ ਨਹੀਂ ਸੀਗੀ, ਫਿਰ ਵੀ ਇਹਨਾਂ ਨੇ ਮੈਨੂੰ ਝੂਠ ਲੈਟਰ ਲਿਖ ਆਰਡਰ ਕਰ ਕਰਕੇ ਬਈ ਗਰੁੱਪ ਬੀ ਦੀ ਪੋਸਟ ਹੈ, ਜਦਕਿ ਐਜ਼ ਪਰ ਨੋਟੀਫਿਕੇਸ਼ਨ ਗਰੁੱਪ ਸੀ ਦੀ ਪੋਸਟ ਚਾਹੀਦੀ ਹੈ, ਫਿਰ ਵੀ ਇਹਨਾਂ ਨੇ ਮੈਨੂੰ ਪੋਸਟ ਨਹੀਂ ਦਿੱਤੀ। ਗਰੁੱਪ ਸੀ ਲਿਖ ਕੇ ਕਰਦੇ ਆਰਡਰ ਹੈ, ਗਰੁੱਪ ਬੀ ਦੀ ਨੇ, ਇਹਨਾਂ ਨੇ ਮੈਨੂੰ ਝੂਠ ਬੋਲਦੇ ਨੇ। ਕਿਉਂ ਨੀ ਉਹ ਤਾਂ ਲਿਖ ਕੇ ਦੇ ਰਹੇ ਹਨ ਤੇ ਕਿਉਂ ਬੋਲਦੇ ਝੂਠ, ਕੀ ਕਾਰਨ? ਇੰਪ੍ਰਿਜਨਮੈਂਟ ਹੈਗੀ ਹੈ, ਐਕਸ਼ਨ ਲਿਆ ਜਾਂਦਾ, ਅਨਨੈਸੈਸਰੀ ਹਰਾਸਮੈਂਟ ਕੀਤਾ ਜਾਂਦਾ।